ਮੁੰਡਾ ਸੰਧੂਆ ਇਹ ਆਪਾਂ ਵਿਦਆਊਟ ਐਕਸੈਸਰੀ ਲਿਆ ਵਾ ਤੇ ਇਹਨੂੰ ਆਪਾਂ ਆਪਣਾ ਬਿੰਪਰ ਤਿਆਰ ਕਰਵਾ ਕੇ ਲੰਬਾਈ ਨੋਰਮਲ ਤੇ ਬੋਰਡਰ ਵਗੈਰਾ ਲਾਵਾਂਗੇ ਮਿਊਜ਼ਿਕ ਸਿਸਟਮ ਲਾਵਾਂਗੇ ਆਪਣੇ ਹਿਸਾਬ ਨਾਲ ਤੇ ਖਰਚਾ ਵੀ ਘੱਟ ਆ ਤੇ ਲਾਈਫ ਵੀ ਜ਼ਿਆਦੀ ਆ ਆਮ ਟਰੈਕਟਰਾਂ ਨਾਲੋਂ ਦੇ ਅੱਜ ਨੂੰ ਨਵਾ ਕੇ ਅੰਦਰ ਡੱਕਾਂਗੇ ਉਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਪੱਤੂ ਜੀ ਮੇਲ ਬੁਲਾ ਉੱਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਨਵਾਂ ਜੂਨੀਅਰ ਲੈ ਕੇ ਆਉਂਦਾ ਅਤੇ ਪੂਰੀ ਜਾਣਕਾਰੀ ਦੇਵਾਂਗੇ ਨਹਾਈ ਧੋਈ ਹੋ ਰਹੀ ਜੀ ਇਹਨੂੰ ਹੁਣ ਛੁੱਟੀ ਦਿੱਤੀ ਵੀ ਗਈ ਆ ਅਤੇ ਅੱਜ ਇਹਨੂੰ ਨਵਾ ਕੇ ਅਸੀਂ ਅੰਦਰ ਡੱਕਾਂਗੇ ਉਹ ਆਪਣਾ ਉਹ ਵੀ ਫ੍ਰੀ ਹੋ ਗਿਆ ਅੱਜ ਵੀ ਫ੍ਰੀ ਹੋ ਗਿਆ ਇਸ ਤੋਂ ਬਾਅਦ ਅਸੀਂ ਤੁਹਾਨੂੰ ਖਾਵਾਂਗੇ ਕਿ ਨਵਾਂ ਜਾਂਦੀ ਆ ਟਰੈਕਟਰ ਲਿਆ ਵਾ ਉਹ ਤੁਹਾਨੂੰ ਖਾਵਾਂਗੇ ਦੇਖੋ ਉਹਦੇ ਨਾਲ ਸ਼ੋਅ ਤੇ ਜਾਣ ਦੇ ਪ੍ਰੈਸ਼ਰ ਲਓ ਜੀ ਵੀਰੋ ਆਪਾਂ ਨਵਾਂ ਲੈਣ ਦਾ ਹਿਉਂਡਈ ਆਰ 5210 ਗੇਅਰ ਪ੍ਰੋ ਅਤੇ ਇਹ ਆਪਾਂ ਗੁੱਡੀਅਰ ਦੇ ਟਾਇਰਾਂ ਦੇ ਵਿੱਚ ਲਿਆ ਵਾ ਇਹ 50 ਹੌਸ ਪਾਵਰ ਦੇ ਵਿੱਚ ਆ ਅਤੇ 13 ਕੈਲਟੀਵੀਟਰ ਅਤੇ 20 ਤਵੀਆਂ 8 ਫੁੱਟਾਂ ਸੁਪਰ ਸੀਡਾ ਆਰਾਮ ਨਾਲ ਖਿੱਚਦਾ ਹੈ ਇਹ ਹੈਗਾ ਵਾ ਏ ਬੀ ਸੀ ਡੀ ਵੀ ਜਿੱਦਾਂ ਪਹਿਲਾਂ ਏ ਬੀ ਸੀ ਮਾਡਲ ਆਉਂਦੇ ਸੀ ਉਹਨਾਂ ਦਾ ਥੋੜ੍ਹਾ ਜਿਹਾ ਖਰਚਾ ਜ਼ਿਆਦਾ ਹੁੰਦਾ ਸੀ ਰੋਡ 'ਤੇ ਇਸ ਕਰਕੇ ਉਹਨਾਂ ਡੀ ਗੇਅਰ ਲਾਇਆ ਵਾ ਅਤੇ ਬਹੁਤ ਹੀ ਵਧੀਆ ਲੁੱਕ ਦੇ ਵਿੱਚ ਆ ਬਾਕੀ ਮਾਡਲ ਤਾਂ ਹੁਣ ਸੀ ਆਰ ਡੀ ਆਉਣ ਲੱਗ ਪਏ 5210 50 ਹੌਸ ਪਾਵਰ ਦੇ ਵਿੱਚ ਕਹਿੰਦਾ ਵੀ ਜੀ ਪੈਲੀ ਦੇ ਵਿੱਚ ਜਿਹਨੇ ਖੇਤੀ ਕਰਨੀ ਉਹਦੇ ਵਿੱਚ ਇਹ ਵੀ ਫਾਇਦੇ ਵਾਲਾ ਟਰੈਕਟਰ ਆ ਅਤੇ ਖਰਚਾ ਵੀ ਘੱਟ ਆ ਅਤੇ ਲਾਈਫ ਵੀ ਜ਼ਿਆਦੀ ਆ ਆਮ ਟਰੈਕਟਰਾਂ ਨਾਲੋਂ ਤੁਸੀਂ ਵੇਖ ਸਕਦੇ ਹੋ ਐਕਸੈਸਰੀ ਲਿਆ ਵਾ ਅਤੇ ਇਹਨੂੰ ਆਪਾਂ ਆਪਣਾ ਬਿੰਪਰ ਤਿਆਰ ਕਰਵਾ ਕੇ ਲੰਬਾਈ ਨੋਰਮਲ ਅਤੇ ਬੋਰਡਰ ਵਗੈਰਾ ਲਾਵਾਂਗੇ ਮਿਊਜ਼ਿਕ ਸਿਸਟਮ ਲਾਵਾਂਗੇ ਆਪਣੇ ਹਿਸਾਬ ਨਾਲ ਫੈਬਰ ਵਾਲੀ ਛਤਰੀ ਜਿੱਦਾਂ ਹੁਣ ਆਪਣਾ ਆਮ ਟਰੈਕਟਰ ਆਪਾਂ ਚਿੱਕੜ ਕਰਨ ਲੱਗਿਆਂ ਵੀ ਨੋਰਮਲ ਗੇਅਰ ਦੇ ਵਿੱਚ ਚੱਲਦੇ ਇਹਨੂੰ ਆਪਾਂ ਗੇਅਰ ਲੱਗਾ ਵਾ ਇਹਦੇ ਆਪਾਂ ਸਲੋ ਰੇਸ ਦੇ ਵਿੱਚ ਜ਼ਿਆਦਾ ਚੱਕਰ ਕੱਢੂਗਾ ਜਿੱਦਾਂ ਚਿੱਕੜ ਚੁੱਕੜ ਕਰਨਾ ਆ ਜਨਰੇਟਰ 'ਤੇ ਲਾਉਣਾ ਆ ਉਹਦੇ ਨਾਲ ਇਹ ਆ ਵੀ ਤੇਲ ਦੀ ਬਚਤ ਹੋ ਜਾਂਦੀ ਆ ਘੱਟ ਰੇਸ 'ਤੇ ਚੱਕਰ ਕੱਢਦਾ ਵਾ ਬਾਕੀ ਗੁੱਡੀਅਰ ਦੇ ਟਾਇਰ ਆ ਤੁਸੀਂ ਵੇਖ ਸਕਦੇ ਜੀ ਬਾਕੀ ਤੁਹਾਨੂੰ ਪਤਾ ਹੀ ਆ ਜਾਂਡੀਅਰ ਦਾ ਕੁਆਲਿਟੀ ਦਾ